ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ ਚੈਨਲ ਫ੍ਰੈਂਚ ਲਰਨਿੰਗ ਪਲੈਟਫਾਰਮ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਕੁਝ ਬੇਸਿਕ ਕੁਐਸਚਨ ਫਰੇਜ਼ਸ ਦੇਖਾਂਗੇ ਫ੍ਰੈਂਚ ਦੇ ਵਿੱਚ ਉਹਨਾਂ ਨੂੰ ਸਿੱਖਾਂਗੇ ਇੰਗਲਿਸ਼ ਦੇ ਵਿੱਚ ਉਹ ਫਰੇਜ਼ਸ ਕਿਸ ਤਰ੍ਹਾਂ ਸਟਾਰਟ ਹੋ ਰਹੀਆਂ ḍu you do you like to do you like to ਸਾਰੀਆਂ ਫਰੇਜ਼ਸ ਉਹਦੇ ਨਾਲ ਸਟਾਰਟ ਹੋ ਰਹੀਆਂ ਸੀ ਇਸ ਤਰ੍ਹਾਂ ਕੁਐਸਚਨਿੰਗ ਕਿਸ ਤਰ੍ਹਾਂ ਕਰਨੀ ਹੈ ਫ੍ਰੈਂਚ ਦੇ ਵਿੱਚ ਆਓ ਆਪਾਂ ਸਿੱਖਦੇ ਹਾਂ ਤਾਂ ਕੁਐਸਚਨ ਪੁੱਛਣ ਦੇ ਲਈ ਅਸੀਂ ਇਹਨਾਂ ਸ਼ਬਦਾਂ ਨਾਲ ਸਟਾਰਟਿੰਗ ਕਰ ਸਕਦੇ ਹਾਂ ḍu ਕਹਿਣ ਦੇ ਲਈ ਕੋਈ ਵੀ ਫਰੇਜ਼ ਨੂੰ ਕੁਐਸਚਨ ਬਣਾਉਣ ਲਈ ਅਸੀਂ ਕੀ ਯੂਜ਼ ਕਰਦੇ ਐਸਕ ਇਹ ਲਿਖਣ ਵਿੱਚ ਇਸ ਤਰ੍ਹਾਂ ਆ ਬੋਲਣ ਵਿੱਚ ਸ ਕ ਇਹਨੂੰ ਇਕੱਠੇ ਬੋਲਣਾ ਤਾਂ ਇਹ ਬਣ ਜਾਂਦਾ ਇਸਕ ਇਸਕ ਯੂ ਲਾਈਕ ਯੂਨੀਵਰਸਿਟੀ ਇਨਫੋਰਮਲ ਲੈ ਰਹੇ ਆ ਟੂ ਟੂ ਮਤਲਬ ਤੂੰ ਲਾਈਕ ਦੀ ਵਰਬ ਕੀ ਹੁੰਦੀ ਆ ਐਮ ਐ ਪਰ ਜਦੋਂ ਉਹਨੂੰ ਟੂ ਦੇ ਨਾਲ ਕਨਜੂਗੇਟ ਕਰਦੇ ਆ ਤਾਂ ਉਹਦੀ ਈ ਆਰ ਕੱਟ ਕੇ ਉੱਥੇ ਕੀ ਲੱਗ ਜਾਂਦਾ ਈ ਐਸ ਪਰ ਇਹਨਾਂ ਦੀ ਆਵਾਜ਼ ਨਹੀਂ ਆਉਣੀ ਤਾਂ ਇੱਥੇ ਕੀ ਬਣਨਾ ਹੈ ਐਮ ਐਮ ਇਦੇ ਨਾਲ ਬਾਕੀ ਵਰਬਸ ਆਪਾਂ ਲਗਾਵਾਂਗੇ ਖਾਣ ਦੀ ਜਾਂ ਵਾਚ ਕਰਨ ਦੀ ਇੱਥੇ ਮੈਂ ਪੁੱਛ ਰਹੀ ਹਾਂ డు ਯੂ ਲਾਈਕ ਟੂ ਈਟ ਬ੍ਰੈਡ ਤਾਂ ਮੈਂ ਬੋਲਣਾ ਐਸ ਕ ਟੂ ਐਮ ਮਾਂਜੀ ਮਾਂਜੀ ਕੀ ਹੁੰਦਾ ਟੂ ਈਟ ਤੇ ਬ੍ਰੈਡ ਨੂੰ ਫ੍ਰੈਂਚ ਵਿੱਚ ਬੋਲਦੇ ਆ ਪਾਂ ਇਹ ਹੁਣ ਸਪੈਲਿੰਗ ਕੀ ਲੱਗ ਰਿਹਾ ਹੈ ਇੰਗਲਿਸ਼ ਦੇ ਪੇਨ ਦੇ ਸਪੈਲਿੰਗ ਲੱਗ ਰਿਹਾ ਹੈ ਪਰ ਇਹ ਜੋ ਸਪੈਲਿੰਗ ਲਿਖਿਆ ਹੋਇਆ ਇਹਦਾ ਮੀਨਿੰਗ ਫ੍ਰੈਂਚ ਵਿੱਚ ਕੀ ਨਿਕਲਦਾ ਪਾਂ ਬ੍ਰੈਡ ਤਾਂ ਇਹਨੂੰ ਅਸੀਂ ਕਿਸ ਤਰ੍ਹਾਂ ਬੋਲਣਾ ਐਸ ਕ ਟੂ ਐਮ ਮਾਂਜੀ ਦੂ ਪਾਂ Est-ce que tu m'aimes du pain pain matlab bread khana tusi pasand karde ho aage hai do you like to watch television hun dobara ap po usi tarah starting karde ha do de layi do nu kis tarah bolna est est you like tu m tu m to watch hun watch karan di french di verb ki hundi hai go garder go garder and television nu ki bolde hai ਟੈਲੀਵਿਜ਼ਨ ਟੈਲੀਵਿਜ਼ਨ ਇਹ ਕੀ ਹੈ ਫੈਮਿਨਾਈਨ ਤਾਂ ਲਾ ਆਰਟੀਕਲ ਲੱਗਾ ਹੋਇਆ ਪੂਰੇ ਸੈਂਟੈਂਸ ਨੂੰ ਅਸੀਂ ਕਿਸ ਤਰ੍ਹਾਂ ਬੋਲਣਾ ਡੂ ਯੂ ਲਾਈਕ ਟੂ ਵਾਚ ਟੈਲੀਵਿਜ਼ਨ ਐਸਕ ਟੂ ਐਮ ਰਿਗਾਰਡੇ ਲਾ ਟੈਲੀਵਿਜ਼ਨ ਐਸਕ ਟੂ ਐਮ ਰਿਗਾਰਡੇ ਲਾ ਟੈਲੀਵਿਜ਼ਨ ਅਗੇ ਹੈ ਡੂ ਯੂ ਲਾਈਕ ਟੂ ਗੋ ਫਾਰ ਆਊਟਿੰਗ ਕੀ ਤੁਸੀਂ ਬਾਹਰ ਘੁੰਮਣ ਜਾਣਾ ਪਸੰਦ ਕਰਦੇ ਹੋ ਤਾਂ ਡੂ ਨੂੰ ਅਸੀਂ ਉਸੇ ਤਰ੍ਹਾਂ ਸ਼ੁਰੂ ਕਰਨਾ ਐਸਕ ਯੂ ਲਾਈਕ ਟੂ ਐਮ ਤੇ ਬਾਹਰ ਘੁੰਮਣ ਜਾਣ ਨੂੰ ਕੀ ਬੋਲਦੇ ਆ ਸੁਖਤੀ सहकतीख तो यू असी फ्रेंच में किस तरह बोलेंगे एस्क ट्यू एम एम सहती अगे है डू यू लाइक टू डू शॉपिंग अगे देखो फिर अं एस्क तो शुरू कर रहे हैं डू यू लाइक एस्क ट्यू एम डू द फ्रेंच की वर्ब होंगी फैह फै शॉपिंग नो शॉपिंग इस तरह बोलते हैं सो पूरा सेंटेंस डू यू लाइक टू डू शॉपिंग एसक ट्यू एम faire du shopping est-ce que on faire du shopping ageh do you like to help others do you like to ਇਹਨੂੰ ਅਸੀਂ ਉਸੇ ਤਰ੍ਹਾਂ ਬੋਲਣਾ est-ce que m est-ce que m help دی verb ਹੈ french ਦੇ ਵਿੱਚ aider aider ਇਹਨੂੰ a ਕਰਕੇ ਬੋਲਣਾ aider others ਦੀ french ਕੀ ਹੋ ਗਈ oth ਤੇ ਜਦੋਂ ਜ਼ਿਆਦਾ ਜਣੇ ਆਰਟੀਕਲ ਕਿ ਲੱਗਾ le ਇਹਨੂੰ ਵੀ ਇੱਥੇ ਲਿੰਕ ਕਰਕੇ ਬੋਲਣਾ and ਤਾਂ ਅਸੀਂ ਕਿਸ ਤਰ੍ਹਾਂ ਬੋਲਣਾ एसक ट्यू एम एस ट्यू एम एस्क एम है डू यू लाइक टू ड्रिंक मिल्क की तुम दुध पीना पसंद करते हो तेनों अं किस तरह बोलेंगे एम ये यह स्ट्रक्चर है लाइक टू एस एम ड्रिंक की वर्ब है वाह वाह ਤੇ ਮਿਲਕ ਨੂੰ ਬੁਲਦੇ ਲੈ ਲੈ ਫ੍ਰੈਂਚ ਦੇ ਵਿੱਚ ਤਾਂ ਇਹਨੂੰ ਅਸੀਂ ਫ੍ਰੈਂਚ ਵਿੱਚ ਕਿਸ ਤਰ੍ਹਾਂ ਬੁਲਣਾ ਐਸ ਕਯੂ ਐਮ ਵਾਦੂਲੇ ਐਸ ਕਯੂ ਐਮ ਵਾਦੂਲੇ ਅੱਗੇ ਹੈ ਡੂ ਯੂ ਲਾਈਕ ਟੂ ਰੀਡ ਬੁక్స్ ਰੀਡ ਕਰਨ ਦੇ ਫ੍ਰੈਂਚ ਤੇ ਵਰਬ ਹੈ ਲੀਖ ਲੀਖ ਤੇ ਬੁక్స్ ਨੂੰ ਕੀ ਬੁਲਦੇ ਲੇਵ ਲੇਵ ਤਾਂ ਇਹਨੂੰ ਅਸੀਂ ਇਕੱਠਿਆਂ ਕਿਸ ਤਰ੍ਹਾਂ ਬੁਲਣਾ ਐਸ ਕਯੂ ਐਮ ਐਸ ਕਯੂ ਐਮ ਲੀਖ ਦੇ ਲੇਵ ਐਸ ਕਯੂ ਐਮ ਲਿਖ ਦੇ ਲਿਵ ਇੱਥੇ ਦੇ ਕੀ ਲੱਗਾ ਹੋਇਆ ਆਰਟੀਕਲ ਅੱਗੇ ਹੈ ਡੂ ਯੂ ਲਾਈਕ ਟੂ ਟਰੈਵਲ ਟਰੈਵਲ ਦੀ ਫ੍ਰੈਂਚ ਦੀ ਵਰਬ ਹੈ ਵੋਇਜੇ ਵੋਇਜੇ ਤਾਂ ਇਹਨੂੰ ਅਸੀਂ ਕਿਸ ਤਰ੍ਹਾਂ ਬੋਲਣਾ ਕਿ ਤੁਸੀਂ ਟਰੈਵਲ ਕਰਨਾ ਪਸੰਦ ਕਰਦੇ ਹੋ ਐਸਕ ਟੂ ਐਮ ਵੋਇਜੇ ਐਸਕ ਟੂ ਐਮ ਵੋਇਜੇ ਅੱਗੇ ਹੈ ਡੂ ਯੂ ਲਾਈਕ ਟੂ ਪਲੇ ਫੁੱਟਬਾਲ ਪਲੇ ਦੀ ਫ੍ਰੈਂਚ ਦੇ ਵਿੱਚ ਵਰਬ ਨੂੰ ਅਸੀਂ ਬੋਲਦੇ ਹਾਂ ਯੂਏ ਯੂਏ ਤਸੀਂ ਕਿਸ ਤਰ੍ਹਾਂ ਬੋਲਣਾ డు ਯੂ ਲਾਈਕ ਟੂ ਪਲੇ ਫੁੱਟਬਾਲ ਅਸੀਂ ਫ੍ਰੈਂਚ ਵਿੱਚ ਕਿਸ ਤਰ੍ਹਾਂ ਬੋਲਾਂਗੇ ਐਸਕ ਟੂਮ ਯੂ ਐ او ਫੁੱਟਬਾਲ ਐਸਕ ਟੂਮ ਯੂ ਐ او ਫੁੱਟਬਾਲ ਮਤਨ ਨੂਜਲਮ ਰੈਪੀਤੇ డు ਯੂ ਲਾਈਕ ਟੂ ਈਟ ਬ੍ਰੈਡ ਐਸਕ ਟੂਮ ਮਾਂਜੇ ਦੂ ਪਾਂ డు ਯੂ ਲਾਈਕ ਟੂ ਵਾਚ ਟੈਲੀਵਿਜ਼ਨ ਐਸਕ ਟੂਮ ਰਗਾਰਡੈ ਲਾ ਟੈਲੀਵਿਜ਼ਿਓਨ Do you like to go for outing? Est-ce que tu aimes sortir? Do you like to do shopping? Est-ce que tu aimes faire du shopping? Do you like to help others? Est-ce que tu aimes aider les autres? Do you like to drink milk? Est-ce que tu boire du lait? Do you like to read books? Est-ce que tu aimes lire des livres? Do you like to travel? Est-ce que tu aimes voyager? Do you like to play football? s 2 or football. So, my dear friends, to see in a basic phrases, new no daily, uh, bowl bowl ke practice kandi koshish karo taaki spoken French improve ho sake. and to see new verbs and uh, new vocabulary words daily French de, For more such lessons, subscribe my channel and keep on watching my videos. Thank you so much for watching. Merci beaucoup.